ਬਹੁਤ ਬਹੁਤ ਸਵਾਗਤ ਹੈ ਸਟੂਡੈਂਟ ਸਾਰਿਆਂ ਦਾ। ਸੋ ਅੱਜ USA ਸਟੱਡੀ ਵੀਜ਼ਾ ਦੇ ਪ੍ਰੈਜੈਂਟ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕਿਹੜੇ ਸਟੂਡੈਂਟਸ ਨੂੰ USA ਸਟੱਡੀ ਵੀਜ਼ਾ ਇਸ ਵੇਲੇ ਅਪਲਾਈ ਕਰਨਾ ਚਾਹੀਦਾ, ਕਿੱਦਾਂ ਦਾ ਟ੍ਰੈਂਡ ਚੱਲ ਰਿਹਾ, ਕਿੰਨੇ ਕੁ ਪਰਸੈਂਟ ਸਕਸੈਸ ਰੇਟ ਹੈ, ਅਤੇ ਜਿਹੜੀ ਅਪੁਆਇੰਟਮੈਂਟ ਮਿਲਦੀ ਹੈ ਉਹ ਕਿੰਨੀ ਕੁ ਈਜ਼ੀਲੀ ਮਿਲ ਰਹੀ ਹੈ ਇੰਟਰਵਿਊ ਦੇ ਸਲੋਟਸ ਵਾਸਤੇ। ਅੱਜ ਦੇ ਗੈਸਟ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕੰਵਰ। ਕੰਵਰ ਸਾਹਿਬ, ਬਹੁਤ ਬਹੁਤ ਸਵਾਗਤ। ਥੈਂਕ ਯੂ ਦੀਪਕ ਜੀ। ਪ੍ਰੋਗਰਾਮ ਦੇਖ ਰਹੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਟ੍ਰੈਂਡ ਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਸਟੂਡੈਂਟ ਟ੍ਰੈਂਡ ਹੀ ਪੁੱਛਦਾ ਜਦੋਂ ਵੀ USA ਦੀ ਗੱਲ ਹੁੰਦੀ। ਬਿਲਕੁਲ ਜੀ, ਔਰ US ਦੇ ਜਿਹੜੇ ਟ੍ਰੈਂਡ ਹੈ ਮੇਰੇ ਖਿਆਲ ਲਈ ਮੈਨੂੰ ਦੱਸਣ ਦੀ ਲੋੜ ਹੈ। ਅਸੀਂ ਤਾਂ ਚਲੋ ਹਜੇ ਬਹੁਤ ਜ਼ਿਆਦਾ US ਨਹੀਂ ਕਰਦੇ, ਬਟ US ਦੇ ਟ੍ਰੈਂਡ 2023 ਅਤੇ 24 ਦੇ ਬਹੁਤ ਸ਼ਾਨਦਾਰ ਹੈ। 23 ਦੇ ਤਾਂ ਲਾਈਕ ਇਟ ਵਾਜ਼ ਅ ਬਹੁਤ ਹੀ ਜ਼ਬਰਦਸਤ ਸੀਗੇ, ਔਰ 24 ਵੀ ਜਦੋਂ ਦਾ ਸ਼ੁਰੂ ਹੋਇਆ ਹਜੇ ਬਹੁਤ ਸਾਰੀ ਇਨਟੇਕ ਨਹੀਂ ਲੰਘੇ ਹੈ, ਹਜੇ 21 ਲੰਘਿਆ, ਬਟ ਵੀਜ਼ਿਆਂ ਦੀ ਵਿੱਚ ਕੋਈ ਕਮੀ ਨਹੀਂ ਹੈ ਕਿਸੇ ਤਰ੍ਹਾਂ। ਸੋ ਕੰਵਰ ਸਾਹਿਬ, ਕਈ ਸਟੂਡੈਂਟ ਐਕਸਪਰਟਸ ਤੋਂ ਸਮਝਣਾ ਚਾਹੁੰਦੇ, ਕਈਆਂ ਦਾ ਡਿਸਾਈਡਿਡ ਹੁੰਦਾ ਮੈਂ ਇਹ ਕੰਟਰੀ ਜਾਣਾ, ਸੋ USA ਕਿੱਦਾਂ ਦੇ ਪ੍ਰੋਫਾਈਲ ਵਾਲੇ ਸਟੂਡੈਂਟਸ ਨੂੰ ਤੁਸੀਂ ਰੈਕਮੈਂਡ ਕਰ? ਦੇਖੋ, US ਮੈਂ ਸਭ ਤੋਂ ਪਹਿਲਾਂ ਤਾਂ ਰਿਕਮੈਂਡ ਉਹਨੂੰ ਕਰਦਾ ਕਿ ਅਗਰ ਆਪਾਂ ਅਕੈਡਮਿਕ ਵਾਲੇ ਪਾਸੇ ਜਾਈਏ ਤਾਂ ਇੱਥੇ ਆਈਲੈਟਸ ਹੋਣਾ ਜਾਂ ਨਹੀਂ ਹੋਣਾ ਉਨਾ ਵੱਡਾ ਰੋਲ ਨਹੀਂ ਹੈ, ਬਟ ਜੇ ਤੁਹਾਡੀ ਇੰਗਲਿਸ਼ ਨਹੀਂ ਗੀ ਔਰ ਪਲੱਸ ਤੁਸੀਂ ਆਪਣੇ ਆਪ ਨੂੰ ਪ੍ਰਜੈਂਟ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ US ਅਪਲਾਈ ਤਾਂ ਭਾਵੇਂ ਕਰ ਲਓ ਪਰ ਤੁਸੀਂ ਵੀਜ਼ਾ ਨਹੀਂ ਲੈ ਸਕਦੇ। ਇਹ US ਦਾ ਮੂਲ ਮੰਤਰ ਹੈ, ਕਿਉਂਕਿ US ਬਿਨਾਂ ਇੰਟਰਵਿਊ ਤੋਂ ਵੀਜ਼ਾ ਨਹੀਂ ਦਿੰਦਾ। ਇੰਟਰਵਿਊ ਤੁਹਾਡੀ ਸਿੱਧੀ ਵੀਜ਼ਾ ਆਫਿਸਰ ਨਾਲ ਹੋਣੀ ਹੈ। ਇੰਟਰਵਿਊ 'ਚ ਮਿੰਟ ਤੁਹਾਨੂੰ ਦੋ ਮਿਲਣੇ ਆ, ਖੜੇ ਖੜੇ ਹੋਣੀ ਹੈ, ਇੱਦਾਂ ਆਪਣੇ ਵਾਂਗੂ ਬਹਿ ਕੇ ਨਹੀਂ ਹੋਣੀ ਵੀ ਚਾਹ ਪੀਂਦੇ ਪੀਂਦੇ ਹੌਲੀ ਹੌਲੀ ਇੰਟਰਵਿਊ ਹੋ ਰਹੀ ਹੈ। ਖੜੇ ਖੜੇ 2 ਮਿੰਟ ਦੀ ਇੰਟਰਵਿਊ ਹੋਣੀ ਹੈ, ਘੜੀ ਦੇ ਹਿਸਾਬ ਨਾਲ 2 ਮਿੰਟ ਦੀ, ਔਰ ਉਹ 2 ਮਿੰਟਾਂ 'ਚ ਉਹੀ ਬੱਚਾ ਇੰਪ੍ਰੈਸ਼ਨ ਬਣਾਊਗਾ ਜਿਹਨੂੰ ਆਪਣੇ ਬਾਰੇ ਪਤਾ। ਸੋ ਕਿੱਦਾਂ ਦਾ ਐਟੀਟਿਊਡ ਕੀ ਹੁੰਦਾ, ਜਾਣਨਾ ਕੀ ਚਾਹੁੰਦੇ ਹੁੰਦੇ ਇੰਟਰਵਿਊ 'ਚ 2 ਮਿੰਟਾਂ 'ਚ? ਸਿਰਫ ਇੱਕ ਹੀ ਚੀਜ਼, ਤੁਸੀਂ US ਪੜ੍ਹਨਾ ਚਾਹੁੰਦੇ ਹੋ ਕਿ ਵੜਨਾ ਚਾਹੁੰਦੇ ਹੋ? ਜੇ ਤੁਹਾਡੇ 'ਚੋਂ ਫੀਲਿੰਗ ਵੜਨ ਵਾਲੀ ਆਵੇ ਇਕੱਲੀ, ਫਿਰ ਉਹ ਵੀਜ਼ਾ ਨਹੀਂ ਦਿੰਦੇ। ਜੇ ਤੁਹਾਡੇ 'ਚੋਂ ਫੀਲਿੰਗ ਪੜ੍ਹਨ ਵਾਲੀ ਆਵੇ ਤਾਂ ਉਹ ਵੀਜ਼ਾ ਦੇ। ਸਵਾਲਾਂ ਦਾ ਕੋਈ ਪੈਟਰਨ ਹੁੰਦਾ ਜਾਂ ਕੁਛ ਵੀ ਪੁੱਛ ਸਕਦੇ? ਨਹੀਂ, ਕੁਛ ਵੀ ਪੈਟਰਨ ਦੇਖੋ, ਕੁਛ ਵੀ ਆਊਟ ਆਫ ਸਿਲੇਬਸ ਨਹੀਂ ਪੁੱਛਣਾ ਉਹਨਾਂ ਨੇ। ਇੱਕ ਲੋਕਾਂ ਨੂੰ ਆਹ ਹੁੰਦਾ ਯਾਰ ਇੰਟਰਵਿਊ 'ਚ ਪਤਾ ਨਹੀਂ ਕੀ ਪੁੱਛਦੇ ਆ, ਇੰਟਰਵਿਊ 'ਚ ਉਹਨਾਂ ਨੇ ਉਹੀ ਪੁੱਛਣਾ ਜੋ ਤੁਸੀਂ ਆਪਣੇ ਕਾਗਜ਼ਾਂ 'ਚ ਦਿੱਤਾ, ਉਹਦੇ ਤੋਂ ਬਾਹਰ ਨਹੀਂ ਜਾਣਾ। ਓਕੇ, ਉਹਨਾਂ ਨੇ ਤੁਹਾਨੂੰ ਆਹ ਨਹੀਂ ਪੁੱਛਣਾ ਵੀ ਫਲਾਣੇ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੈ, ਰਾਸ਼ਟਰਪਤੀ ਕੌਣ ਹੈ, ਫਲਾਣਾ ਮਿਨਿਸਟਰ ਕੌਣ ਹੈ। ਨਹੀਂ, ਉਹਨਾਂ ਨੇ ਤੁਹਾਨੂੰ ਪੁੱਛਣਾ ਭਾਈ ਤੂੰ ਕੀ ਪੜ੍ਹਨ ਚੱਲਣਾ, ਕਿਉਂ ਪੜ੍ਹਨ ਚੱਲਣਾ, ਪੜ੍ਹ ਕੇ ਕੀ ਪਲੈਨ ਨੇ ਤੇਰੇ, ਤੇਰੀ ਪੜ੍ਹਾਈ ਨੂੰ ਸਪੋਰਟ ਕੌਣ ਕਰੂਗਾ, ਤੂੰ ਕਿੱਦਾਂ ਆਪਣਾ ਖਰਚਾ ਚਲਾਏਗਾ, ਤੂੰ ਪੜ੍ਹਨ ਲਈ USC ਕਿਉਂ ਚੁਣਿਆ, ਤੂੰ ਪੜ੍ਹਨ ਲਈ ਇਹੀ ਯੂਨੀਵਰਸਿਟੀ ਕਿਉਂ ਚੁਣੀ, ਇਸ ਯੂਨੀਵਰਸਿਟੀ ਤੋਂ ਇਲਾਵਾ ਤੂੰ ਹੋਰ ਕੀ ਚੈੱਕ ਕੀਤਾ ਸੀਗਾ। ਸੋ ਤੁਹਾਡੇ ਬਾਰੇ ਪੁੱਛ ਰਿਹਾ, ਕਿਉਂਕਿ ਉਹਨਾਂ ਦੇ ਹਿਸਾਬ ਨਾਲ ਕੀ ਹੈ ਕਿ ਜੇ ਆਪਾਂ ਮੰਨ ਲਓ ਇੱਕ ਜੈਕਟ ਵੀ ਲੈਣ ਜਾਂਦੇ ਹਾਂ ਤਾਂ ਆਪਾਂ ਕੋਈ 2-4 ਦੁਕਾਨਾਂ ਫਿਰ ਲੈਂਦੇ ਹਾਂ ਨਾ, ਤਾਂ ਫਿਰ ਆਪਾਂ ਜੈਕਟ ਲੈਂਦੇ, ਫਿਰ ਸਾਨੂੰ ਪੁੱਛੇ ਯਾਰ ਤੂੰ ਆਹ ਜੈਕਟ ਕਿਉਂ ਲਈ ਸੀ, ਅਤੇ ਆਪਾਂ ਉਹਦੇ ਤਾਰੀਫ 'ਚ 4 ਚੀਜ਼ਾਂ ਦੱਸ ਸਕਦੇ। ਹੁਣ ਜੇ ਆਪਾਂ ਸਿੱਧਾ ਇੱਕੋ ਦੁਕਾਨ 'ਤੇ ਗਏ ਜੈਕਟ ਲੈ ਕੇ ਆ ਗਏ, ਆਪਾਂ ਜੈਕਟ ਬਾਰੇ 2 ਮਿੰਟ ਵੀ ਨਹੀਂ ਬੋਲ ਸਕਣਾ। ਸੋ ਕਹਿਣ ਦਾ ਮਤਲਬ ਵੀ ਤੁਸੀਂ ਇਕੱਲਾ ਇੱਕੋ ਯੂਨੀਵਰਸਿਟੀ ਨੂੰ ਰੱਟ ਕੇ ਚਲੇ ਗਏ ਤਾਂ ਤੁਸੀਂ ਫੇਲ ਹੋ ਜਾਓਗੇ। ਬੇਸ਼ੱਕ ਏਜੰਟ ਨੇ ਤਾਂ ਹੁਣ 21 ਯੂਨੀਵਰਸਿਟੀ 'ਚ ਐਡਮਿਸ਼ਨ ਪਾਉਣੀ ਹੈ, 6 'ਚ ਤਾਂ ਪਾਉਣੀ ਨਹੀਂ, ਪਰ ਭਾਈ ਤੁਹਾਨੂੰ ਘਰ ਬੈਠੇ ਰਿਸਰਚ ਕਰਨੀ ਪੈਣੀ ਹੈ ਕਿ ਇਹਦੇ ਲਾਗੇ ਹੋਰ ਕੀ ਹੈ, ਉਹਨਾਂ ਦੇ ਫੀਸ ਸਟਰਕਚਰ ਕੀ ਹੈ, ਉਹਨਾਂ 'ਚ ਕੋਰਸ ਕਿਹੜੇ ਹੈ, ਮੈਂ ਕਿਹੜੇ ਕੋਰਸ 'ਚ ਚੱਲਣਾ। ਮਤਲਬ ਚੀਜ਼ ਸਾਰੀਆਂ ਵਧੀਆ ਹੁੰਦੀਆਂ ਨੇ ਅਤੇ ਸਾਰੀਆਂ ਮਾੜੀਆਂ ਹੁੰਦੀਆਂ ਨੇ, ਆਪਾਂ ਕੰਪੇਅਰ ਕਰਕੇ ਗੁਣਗਾਨ ਕਰਨਾ ਹੁੰਦਾ, ਉਹ ਕਰਨਾ ਆਉਣਾ ਚਾਹੀਦਾ। ਮਤਲਬ ਉਹ ਸਾਰੀਆਂ ਗੱਲਾਂ ਜਿਹੜੀਆਂ ਇੱਕ ਜੈਨੂਇਨ ਸਟੂਡੈਂਟ ਨੂੰ ਬਾਏ ਡਿਫਾਲਟ ਜਿਹੜੀਆਂ ਜੈਨੂਇਨ ਸਟੂਡੈਂਟ ਨੂੰ ਬਾਏ ਡਿਫਾਲਟ ਪਤਾ ਹੋਣਗੀਆਂ ਉਹੀ ਗੱਲਾਂ। ਜਿਹੜੀ ਜੈਕਟ ਤੁਸੀਂ ਨਹੀਂ ਸ਼ੋਰੂਮ ਤੋਂ ਖਰੀਦ ਕੇ ਆਏ ਉਹਨੂੰ ਕੋਈ ਹੋਰ ਖਰੀਦ ਕੇ ਲੈ ਗਿਆ, ਮਾੜੀ ਤਾਂ ਉਹ ਹੈ ਨਹੀਂ ਪਰ ਤੁਹਾਨੂੰ ਪਸੰਦ ਨਹੀਂ ਆਈ, ਤੁਹਾਨੂੰ ਨਹੀਂ ਪਸੰਦ ਆਈ, ਉਹਦੇ ਤੁਹਾਡੇ ਆਪਣੇ ਕਾਰਨ ਹੋਣਗੇ।
ਤੁਹਾਨੂੰ ਉਹ ਕਲਰ ਪਸੰਦ ਨਹੀਂ ਆਇਆ, ਤੁਹਾਨੂੰ ਉਹਦਾ ਸਾਈਜ਼ ਪਸੰਦ ਨਹੀਂ ਆਇਆ, ਤੁਹਾਡਾ ਕੁਛ ਵੀ ਹੋ ਸਕਦਾ। ਜਿਹੜਾ ਲੈ ਗਿਆ ਉਹਨੂੰ ਤੁਹਾਡੇ ਨਾਲ ਦੀ ਇੱਕ ਜੈਕਟ ਹੋਰ ਪਈ ਹੋਏਗੀ, ਉਹਨੂੰ ਉਹ ਨਹੀਂ ਪਸੰਦ ਆਈ ਹੋਏਗੀ। ਸੋ ਤੁਸੀਂ ਇੱਕ ਕੰਪੈਰੀਜ਼ਨ ਆਪਣਾ ਡਰਾਈਵ ਕਰਨਾ ਵੀ ਮੈਨੂੰ ਆਹ ਚੀਜ਼ ਕਿਉਂ ਠੀਕ ਲੱਗੀ ਦੂਜੀਆਂ ਨਾਲੋਂ, ਦੈਟਸ ਇਟ। ਔਰ ਉਹਨਾਂ 'ਚ ਇੱਕ ਜੈਨੂਅਨ ਸਟੂਡੈਂਟ ਅਗਰ ਆਪਣੀ ਗੱਲ ਰੱਖੇਗਾ ਉਹ ਤਾਂ ਉਹ ਸਮਝ ਆਉਂਦੀ ਹੈ। ਉੱਥੇ ਤੁਸੀਂ ਹੁਸ਼ਿਆਰੀਆਂ ਮਾਰ ਕੇ ਵੀਜ਼ਾ ਨਹੀਂ ਲੈ ਸਕਦੇ, ਇਮਾਨਦਾਰੀ ਦੇ ਨਾਲ, ਸੱਚਾਈ ਦੇ ਨਾਲ, ਔਰ ਜੇ ਤੁਹਾਡੀ ਆਪਣੀ ਰਿਸਰਚ ਵਰਕ ਹੈ ਤਾਂ ਤੁਸੀਂ ਵੀਜ਼ਾ ਕੱਢ ਲਓ। ਜੇ ਤੁਸੀਂ ਏਜੰਟ ਦੇ ਰਟੇ ਰਟਾਏ ਚੀਜ਼ਾਂ ਦੇ ਉੱਤੇ ਡਿਪੈਂਡ ਕਰਦੇ ਹੋ ਫਿਰ ਤੁਹਾਡਾ ਔਖਾ। ਇੰਟਰਵਿਊ ਤੋਂ ਬਾਅਦ ਗੱਲ ਕਰਦੇ ਇੰਟਰਵਿਊ ਸਲੋਟ ਦੀ, ਉਹ ਵੀ ਮਸਲਾ ਰਹਿੰਦਾ। ਉਹ ਕੋਈ ਗੱਲ ਨਹੀਂ ਜੀ, ਉਹਦਾ ਟੈਕਨੀਕਲ ਚੀਜ਼ ਹੈ, ਅੱਜ ਦਾ ਨਹੀਂ ਮਿਲੂਗਾ 15 ਦਿਨ ਬਾਅਦ ਦਾ ਮਿਲੂਗਾ, ਮਿਲ ਜਾਂਦਾ, ਮਿਲ ਜਾਂਦੇ ਮਿਲ ਜਾ ਅਗਰ ਟਾਈਮਲੀ ਅਪਲਾਈ ਕਰੋਗੇ। ਹੁਣ ਆ ਕੇ ਕਹੋਗੇ ਇੱਕ ਮਹੀਨਾ ਪਹਿਲਾਂ ਵੀ ਮੇਰਾ ਐਸ ਇਨਟੇਕ 'ਚ ਬਾਅਦ, ਉਹ ਇੱਦਾਂ ਨਹੀਂ ਹੋਣਾ। ਅਗਰ US ਅਪਲਾਈ ਕਰਨਾ, ਮੰਨ ਲਓ ਕਿਸੇ ਨੇ ਸਤੰਬਰ ਅਪਲਾਈ ਕਰਨਾ, ਤਾਂ ਉਹਨੂੰ ਹੁਣ ਕਰ ਦੇਣਾ ਚਾਹੀਦਾ, ਕਿਉਂਕਿ ਅਗਲੇ 2 ਮਹੀਨਿਆਂ 'ਚੋਂ ਆਪਣੀ ਆਫਰ ਲੈਟਰ, I-20, ਇੰਟਰਵਿਊ ਪ੍ਰੈਪਰੇਸ਼ਨ ਸਾਰਾ ਕੁਛ ਰੈਡੀ ਕਰਕੇ ਰੱਖੂਗਾ, ਫਾਈਨੈਂਸ਼ੀਅਲ ਫੰਡ ਵਗੈਰਾ ਸਾਰਾ ਕੁਛ ਚਾਹੀਦਾ। ਉਸ ਤੋਂ ਬਾਅਦ ਇੰਟਰਵਿਊ ਦੇ ਸਲੋਟਾਂ ਦੀ ਉਹ ਟਰਾਈ ਕਰੂਗਾ ਵੀ ਅਗਲੇ 3 ਮਹੀਨਿਆਂ 'ਚ ਹੁਣ ਜਿੱਥੇ ਵੀ ਮਿਲ ਜਾਣਗੇ ਉਹ ਆਪਣੀ ਇੰਟਰਵਿਊ ਕਲੀਅਰ ਕਰਕੇ ਦੇ ਵੀਜ਼ੇ ਦਾ ਵੇਟ ਕਰ। ਸੋ ਫਾਈਨੈਂਸ਼ੀਅਲਸ ਦੀ ਵੀ ਗੱਲ ਕਰ ਲੈਂਦੇ ਹਾਂ, ਬਜਟ ਕਿੰਨਾ ਕੁ ਹੋਣਾ ਚਾਹੀਦਾ, ਫੰਡਸ ਸ਼ੋਅ ਕਰਨੇ ਜ਼ਰੂਰੀ ਨੇ, ਕਿੰਨੇ ਕੁ ਚਾਹੀਦੇ? ਦੇਖੋ ਇਹਦੇ 'ਚ ਫੰਡ ਕੋਈ ਪੁਰਾਣੇ ਨਹੀਂ ਹੋਣੇ ਚਾਹੀਦੇ, ਇਹ ਇੱਕ ਸੁੱਖ ਹੈਗਾ ਕਿ ਤੁਸੀਂ ਫਰੈਸ਼ ਫੰਡ ਦਿਖਾ ਸਕਦੇ ਹੋ। ਬਟ ਫੰਡ ਦੀ ਰਿਕੁਆਇਰਮੈਂਟ ਨੋਰਮਲੀ ਜਦੋਂ ਤੁਸੀਂ ਕਾਲਜ ਅਪਲਾਈ ਕਰਦੇ ਹੋ ਉਹ ਸੈੱਟ ਕਰਦਾ ਹੈ ਯੂਨੀਵਰਸਿਟੀ, ਕਿਉਂਕਿ US ਦੇ ਵਿੱਚ 52 ਸਟੇਟਾਂ ਨੇ, ਸੋ ਵੈਰੀ ਕਰ ਜਾਂਦੇ। ਬਟ ਐਵਰੇਜ ਜਿਹੜੇ ਫੰਡ ਚਾਹੀਦੇ ਹੁੰਦੇ ਆ ਉਹ 25-30 ਲੱਖ ਰੁਪਈਆ ਸ਼ੋਅ ਕਰਨਾ ਪੈਂਦਾ, ਇੰਨੇ ਕੁ ਫੰਡ ਦਿਖਾ ਕੇ ਬੱਚਾ ਆਪਣਾ ਵੀਜ਼ਾ ਜਿਹੜਾ ਹਾਸਲ ਕਰ ਸਕਦਾ। ਫੀਸ ਕਿੰਨੀ ਕੁ ਹੁੰਦੀ ਹੈ ਐਨੂਅਲ? ਐਨੂਅਲ ਫੀਸ ਵੀ ਸਰ ਇਟ ਅਗੇਨ ਵੈਰੀ ਕਾਲਜ ਟੂ ਕਾਲਜ, ਯੂਨੀ ਟੂ ਯੂਨੀ, ਬਟ ਅਪਰੋਕਸੀਮੇਟਲੀ ਤੁਸੀਂ ਲਾ ਲਓ ਕੋਈ $12,000 ਤੋਂ ਲੈ ਕੇ $20,000 ਦੇ ਵਿੱਚ ਸਾਲ ਦੀ ਫੀਸ ਐਵਰੇਜਲੀ ਗੁੱਡ ਯੂਨੀਵਰਸਿਟੀਜ਼ ਆਪਾਂ ਨੂੰ ਇੰਨੇ 'ਚ ਮਿਲ ਜਾਂਦੀ। ਸੋ ਜਿਹੜੇ ਸਟੂਡੈਂਟ ਪਲਾਨ ਕਰ ਰਹੇ ਨੇ ਹੁਣ ਕਿਹੜੇ ਕਿਹੜੇ ਇਨਟੇਕਸ ਨੇ? ਹੁਣ ਜੂਨ ਵੀ ਹੈ ਔਰ ਸਪਟੈਂਬਰ ਵੀ ਹੈ, ਸੋ ਦੋਨਾਂ ਲਈ ਕਰ ਸਕਦੇ। ਸੋ ਕਵਰ ਸਾਹਿਬ ਐਜੂਕੇਸ਼ਨ ਕੁਆਲੀਫਿਕੇਸ਼ਨ 'ਤੇ ਆ ਜਾਂਦੇ ਆ, ਉਹ ਕਿੰਨੇ ਕੁ ਮੈਟਰ ਕਰਦੇ ਆ ਤੁਹਾਡੇ ਨੰਬਰ ਵਗੈਰਾ? ਜਿਵੇਂ ਤੁਸੀਂ ਕਿਹਾ ਮੇਨ ਤਾਂ ਇੰਟਰਵਿਊ ਹੀ ਹੈ। ਨਹੀਂ, ਵੀਜ਼ੇ ਲਈ ਇੰਟਰਵਿਊ ਹੈ, ਐਡਮਿਸ਼ਨ ਲਈ ਤਾਂ ਤੁਹਾਡੇ ਮਾਰਕਸ ਹੀ ਬੋਲਣਗੇ, ਪਰਸੈਂਟੇਜ ਹੀ ਬੋਲਣਗੀਆਂ। ਸੋ ਟੈਕਨੀਕਲੀ ਜਿਹੜੇ ਗ੍ਰੈਜੂਏਟ ਹੈ 55% 60%, ਜਿਹੜੇ ਪਲੱਸ ਟੂ ਵਾਲੇ ਉਹ ਵੀ 55-60%, ਔਰ ਆਈਲੈਟਸ ਕੋਈ ਕੋਈ ਕਾਲਜ ਜ਼ਰੂਰ ਮੰਗੇਗਾ, ਕੋਈ ਨਹੀਂ ਵੀ ਮੰਗਦਾ। ਸੋ ਡਿਪੈਂਡ ਕਰੂਗਾ ਤੁਹਾਡਾ ਸਕੋਰ, ਤੁਹਾਡਾ ਗੈਪ ਉਹ ਅਦਰ ਪੈਰਾਮੀਟਰ ਦੇ। ਸੋ ਹੁਣ ਇੱਕ ਸਟੈਪ ਅੱਗੇ ਵੀ ਜਾਣ ਲੈਂਦੇ ਹਾਂ, ਫਿਊਚਰ ਉੱਥੇ ਕਿੱਦਾਂ ਦੇ ਕੋਰਸਿਸ 'ਚ ਜਾਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਕਿ ਸੌਖਾ ਰਹੇ ਸਟੂਡੈਂਟ? ਦੇਖੋ, US ਦੇ ਫਿਊਚਰ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਾ ਮੈਨੂੰ ਨਾ ਕਿਸੇ ਹੋਰ ਨੂੰ, ਜਿਨ੍ਹਾਂ ਨੇ ਜਾਣਾ ਉਹਨਾਂ ਨੂੰ ਸਭ ਪਤਾ ਹੈ, ਠੀਕ ਹੈ ਜੀ। ਲੋਕ ਜਿਹੜੇ ਕੰਧਾਂ ਟੱਪ ਕੇ ਜਾਂਦੇ ਆ ਉਹ ਨਜ਼ਾਰੇ ਲਈ ਜਾਂਦੇ ਆ, ਅਤੇ ਜਿਹੜਾ ਪੜ੍ਹਨ ਜਾਊਗਾ ਉਹ ਕਿੱਦਾਂ ਪਿੱਛੇ ਰਹਿ ਜਾਊਗਾ। ਸੋ ਸਟੂਡੈਂਟਸ, ਇਹ ਸੀ USA ਦੇ ਅਪਡੇਟਸ, ਸਾਰੀ ਇਨਫੋਰਮੇਸ਼ਨ ਅੱਜ ਤੱਕ ਦੀ ਤੁਹਾਡੇ ਨਾਲ ਸ਼ੇਅਰ ਕੀਤੀ। ਲਗਾਤਾਰ USA ਦੇ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਜੇ ਤੁਸੀਂ ਪਲਾਨ ਕਰ ਰਹੇ ਹੋ USA ਸਟੱਡੀ ਵੀਜ਼ਾ ਤਾਂ ਅੱਜ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬਹੁਤ ਬਹੁਤ ਧੰਨਵਾਦ, ਥੈਂਕ ਯੂ।